गांव में कोरोना फैलने का कारण बॉर्डर पर बैठे किसान हैं यह बयान हरियाणा के मुख्यमंत्री मनोहर लाल खट्टर का बताया जा रहा है जिस पर किसान नेता सर्वजन सिंह पंधेर ने प्रतिक्रिया दी है पंधेर ने कहा है कि यह सरकार की चाल है किसानों को डराने की मैं सर्वजन सिंह पंधेर किसान मजदूर श्रमिक कमेटी दा सूबा जनसकतर बोलदा जी कल जड़ी मन की बात किसानों मजदूरों नाल पूरे देश ना प्रधानमंत्री जी करदे और जिमे उन्होंने 7 साल वाले मसले ते ਸੇਵਾ ਦਿਵਸ ਦੇ ਰੂਪ ਵਿੱਚ ਮਨਾਉਂਦਾ ਕੀਤਾ ਵਾ ਤੋ ਇਹ ਆਮ ਲੋਕਾਂ ਦੀ ਸੇਵਾ ਨਹੀਂ ਕਾਰਪੋਰੇਟ ਦੀ ਸੇਵਾ ਦਿਵਸ ਮਨਾਇਆ ਜਾਣਾ ਚਾਹੀਦਾ ਆਮ ਲੋਕਾਂ ਲਈ ਅਜਾੜਾ ਦਿਵਸ ਹੈਗਾ ਕਿਉਂਕਿ ਤੁਸੀਂ ਦੇਖ ਲਓ ਜਿਹੜੀਆਂ ਵੀ ਭਾਰਤ ਦੇ ਜਨਤਕ ਖੇਤਰ ਦੀਆਂ ਜਾਇਦਾਤਾ ਸੀ ਚਾਹੇ ਭਾਰਤ ਪੈਟਰੋਲੀਅਮ ਸੀ ਚਾਹੇ ਰੇਲਵੇ ਆ ਚਾਹੇ ਹਵਾਈ ਅੱਡੇ ਆ ਚਾਹੇ 에ਅਰਲਾਈਨਸ ਆ ਚਾਹੇ ਕੋਲਾ ਖਨਣ ਜਾਂ ਹੋਰ ਖੇਤਰ ਨੇ ਇਦਾਂ ਜੀਵਨ ਬੀਮਾ ਇਹ ਤੋਂ ਗਾ ਬੀਐਸ ਨਾਲ ਸਾਰੇ ਵਿੱਚ ਇਹ ਰਜਗਾਰ ਖਤਮ ਹੋ ਰਿਹਾ ਸਭ ਤੋਂ ਵੱਧ ਬੇਰੁਜ਼ਗਾਰੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਸਭ ਤੋਂ ਵੱਧ ਆਰ ਜਿਹੜੀ ਜੀਡੀਪੀ ਕਹਿੰਦੇ ਸੀ ਕਿ ਅਸੀਂ ਦੇਸ਼ ਦੀ ਤਰੱਕੀ ਕਰਾਂਗੇ ਉਹ ਮਾਈਨਸ ਚੱਲ ਰਹੀ ਹੈ ਦਾਵਾ ਕਰ ਸਕਦੇ ਵੀ ਕਰੋਨਾ ਕਾਲ ਆ ਪਿਛਲੇ ਸਾਲ ਤੁਸੀਂ ਦੇਖ ਲਓ ਕਰੋਨਾ ਕਾਲ ਤੋਂ ਪਹਿਲਾਂ ਵੀ ਮਾਈਨਸ ਚਲੇਗੀ ਜੜੀਆਂ ਨੀਤੀਆਂ ਨੇ ਇਹਨਾਂ ਦੀਆਂ ਕਾਰਪੋਰੇਟ ਪੱਖੀ ਨੇ ਔਰ ਤੁਸੀਂ ਦੇਖ ਲਓ ਲਗਭਗ ਤੁਸੀਂ ਆંકੜੇ ਕੱਢੋ ਤੇ ਹਰ ਸਾਲ 1.5 ਲੱਖ ਹਜ਼ਾਰ ਕਰੋੜ ਰੁਪਈਆ ਜਿਹੜਾ ਵਾ ਉਹ ਕਾਰਪੋਰੇਟ ਨੂੰ ਵਟੇ ਖਾਤੇ ਪਾ ਕੇ ਮਾਫੀਆਂ ਦਿੱਤੀਆਂ ਗਈਆਂ ਨੇ ਸਾਡੇ ਬਾਰੀ ਕਹਿੰਦੇ ਖਜ਼ਾਨਾ ਖਾਲੀ ਆ ਸੋ ਜਿਹੜਾ ਰਿਜ਼ਰਵ ਬੈਂਕ ਆ ਉਹਨੂੰ ਲੁੱਟਿਆ ਗਿਆ ਬਾ ਇਹਨਾਂ ਵੱਲੋਂ ਜਿਹੜੀ ਸਿਤਾ ਰਾਮ ਜੀ ਅਕਰ 2.33 ਹਜ਼ਾਰ ਕਰੋੜ ਰੁਪਏ ਦਾ ਵਿੱਚੋਂ ਜਿਹੜਾ ਰਿਜ਼ਰਵ ਫਿਕਸ ਡਿਪਾਜ਼ਿਟਲ ਸੀਗੇ ਉਹ ਕੱਢ ਕੇ ਕਾਰਪੋਰੇਟ ਨੂੰ ਮੰਡੇ ਗਏ ਨੇ ਤਾਂ ਇਹਨਾਂ ਕੋ ਕੀ ਆਸ ਰੱਖ ਸਕਦੇ ਆ ਸੋ ਇਸ ਕਰਕੇ ਮੋਦੀ ਜੀ ਨਾ ਤਾਂ ਲੋਕਤੰਤਰ ਤੇ ਵਿਸ਼ਵਾਸ ਕਰਦੇ ਨੇ ਨਾ ਲੋਕਾਂ ਦੀ ਆਵਾਜ਼ ਤੇ ਵਿਸ਼ਵਾਸ ਕਰਦੇ ਨੇ ਲੋਕਾਂ ਕੋਲੇ ਜਦੋਂ ਵੋਟਾਂ ਲੈਣੀਆਂ ਉਦੋਂ ਆਪ ਜਾ ਕੇ ਲੱਖਾਂ ਦੇ ਘਟੜ ਕਰਕੇ ਕਿਸਾਨਾਂ ਮਜ਼ਦੂਰਾਂ ਦੇ ਉਦੋਂ ਉਹਨਾਂ ਨਾਲ ਗੱਲ ਕਰਨੀ ਜਾਇਦ ਆ ਪਰ ਜਦੋਂ ਉਹ ਅੰਦੋਲਨ ਕਰ ਰਹੇ ਨੇ ਤੁਹਾਡੇ ਕਾਨੂੰਨਾਂ ਨੂੰ ਗਲਤ ਮੰਨ ਰਹੇ ਨੇ ਉਦੋਂ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੇ ਸੋ ਇਸ ਕਰਕੇ ਉਦੋਂ ਤੱਕ ਅੰਦੋਲਨ ਚੱਲੂਗਾ ਜਦੋਂ ਤੱਕ ਇਹ ਖੇਤੀ ਕਾਨੂੰਨ ਰੱਦ ਨਹੀਂ ਕਰ ਦਿੱਤੇ ਜਾਂਦੇ ਦੂਜੇ ਸੂਬਿਆਂ ਦੀਆਂ ਸਰਕਾਰਾਂ ਜਾਂ ਸੈਂਟਰ ਦੀ ਸਰਕਾਰ ਜਿਵੇਂ ਖੱਟੜ ਜੀ ਬਿਆਨ ਦਿੰਦੇ ਆ ਕਿ ਕਰੋਨਾ ਵਾਸਤੇ ਕਿਸਾਨ ਜ਼ਿੰਮੇਵਾਰ ਆ ਮੈਂ ਤਾਂ ਮੀਡੀਆ ਹਾਸ ਨੂੰ ਕਹੂੰਗਾ WHO ਅਜੰਡਾ ਤੈਅ ਕਰਦਾ ਮੀਡੀਆ ਹਾਊਸ ਲਈ ਵੀ ਸਰਕਾਰਾਂ ਲਈ ਵੀ ਠੀਕ ਹੈ ਤੁਸੀਂ ਜਿਸ ਕਿਸਮ ਦਾ ਰੋਲ ਅਦਾ ਕੀਤਾ ਸਾਨੂੰ ਵੀ ਪਤਾ ਹੈਗਾ ਹੁਣ ਤੱਕ ਇਹ ਖਬਰਾਂ ਆ ਰਹੀਆਂ ਵੀ ਲਾਕਡਾਊਨ ਖੁੱਲ ਰਿਹਾ ਵਾ ਕਰੋਨਾ ਖਤਮ ਹੋ ਰਿਹਾ ਵਾ ਪੰਜਾਬ ਵਿੱਚ ਫਤੇ ਕਿੱਟਾਂ ਵੀ ਵੰਡੀਆਂ ਜਾ ਰਹੀਆਂ ਨੇ ਹੁਣ ਜਾ ਕੇ ਪਤਾ ਕਰ ਲੋ ਵੀ ਕੀ ਸਿਹਤ ਬਵਸਤਾ ਦਾ ਕੀ ਹਾਲ ਆ ਸੈਂਟਰ ਗਵਰਨਮੈਂਟ ਨੇ ਕਿਹੜੇ ਡਾਕਟਰ ਭਰਤੀ ਕੀਤੇ ਨੇ ਹਸਪਤਾਲਾਂ ਦੀ ਵਿਵਸਥਾ ਕਿਵੇਂ ਸੁਧਰ ਗਈ ਆ ਚਾਹੇ ਸੂਬੇ ਹੋਣ ਚਾਹੇ ਸੈਂਟਰ ਗਵਰਨਮੈਂਟ ਹੋਵੇ ਹਸਪਤਾਲਾਂ ਦੀ ਵਿਵਸਥਾ ਜਿਉਂ ਦੀ ਤਿਉਂ ਆ ਔਰ ਜਦੋਂ ਬੋਲਿਆ ਜਾ ਰਿਹਾ ਵੀ ਤੀਜੀ ਲਹਿਰ ਆਉਣੀ ਹੈ ਦਾ ਮਤਲਬ ਏਜੰਡਾ ਤੈ ਹੋ ਗਿਆ ਵਾ ਗਾਂ ਇਹ ਵੀ ਕਿਹਾ ਜਾ ਰਿਹਾ ਬੱਚਿਆਂ ਤੇ ਨੌਜਵਾਨਾਂ ਤੇ ਅਸਰ ਪਾਉ ਪੱਕੀ ਗੱਲ ਹੈ ਜਦੋਂ WHO ਨੇ ਏਜੰਡਾ ਤੈ ਕੀਤਾ ਤੇ ਕੱਲ ਨੂੰ ਤਸਵੀਰਾਂ ਬੱਚਿਆਂ ਦੀਆਂ ਤਰਫ ਦੀਆਂ ਵੀ ਤੁਸੀਂ ਦਿਖਾ ਸਕਦੇ ਹੋ ਤੇ ਸਮਾ ਵਾ ਹੁਣ ਤੁਹਾਡੇ ਕੋਲੇ ਵੀ ਤੁਸੀਂ ਜਾ ਕੇ ਹਸਪਤਾਲ ਵਾਲ ਨੂੰ ਕੈਮਰੇ ਲੈ ਕੇ ਜਾਓ ਉੱਥੇ ਕਰੋ ਵੀ ਕੀ ਪ੍ਰਬੰਧ ਕਰ ਰਹੇ ਨੇ ਹਜੇ ਪੰਜਾਬ ਸਰਕਾਰ ਤਾਂ ਪਰਤੀਆਂ ਦੇ ਬਸ ਹਜੇ ਸ਼ਰਤਾਂ ਛੁਟੀਆਂ ਪੂਰੀਆਂ ਕਰਦੀ ਫਿਰਦੀ ਸਾਢੇ 4 ਸਾਲ ਉਹਦੇ ਨਿਕਲ ਗਿਆ ਸੋ ਸਰਕਾਰਾਂ ਅਮਲੀ ਰੂਪ ਵਿੱਚ ਜਿਹੜਾ ਉਹ ਕਹਿੰਦੇ ਨੇ ਵੀ ਸੇਵਾ ਦਿਵਸ ਆ ਉਹ ਕਿਸਾਨਾਂ ਮਜ਼ਦੂਰਾਂ ਆਮ ਜਨਤਾ ਲਈ ਅਜਾੜਾ ਦਿਵਸ ਆ ਇਧਰ ਸਾਢੇ 4 ਸਾਲ ਤੋਂ ਉੱਪਰ ਦਾ ਸਮਾਂ ਨਗਾਸ ਕੀ ਕੈਪਟਨ ਸਰਕਾਰ ਕਿਸਾਨਾਂ ਮਜ਼ਦੂਰਾਂ ਪੰਜਾਬੀਆਂ ਲਈ ਕਿਸੇ ਖੇਤਰ ਵਿੱਚ ਕੋਈ ਕਾਰਗੁਜ਼ਾਰੀ ਨਹੀਂ ਕਰ ਸਕੀ ਬਿਜਲੀ ਦੀ ਗੱਲ ਕਹਿੰਦੇ ਬਿਜਲੀ ਸਸਤੀ ਕਰਨੀ ਅਜੇ ਤੱਕ ਬਿਜਲੀ ਵਾਲੇ ਮਸਲੇ ਤੇ ਵਾਈਟ ਪੇਪਰ ਜਾਰੀ ਨਹੀਂ ਕੀਤਾ ਜਾ ਸਕਦਾ ਤੇ ਅਰਬਾਂ ਕਰੋੜਾਂ ਰੁਪਈਆ ਦਾ ਖਜ਼ਾਨੇ ਨੂੰ ਚੂਨਾ ਲਾਇਆ ਗਿਆ ਜਿਹੜੇ ਪ੍ਰਾਈਵੇਟ ਥਰਮਲ ਪਲਾਟ ਆ ਬਿਜਲੀ ਖਰੀਦੇ ਤੋਂ ਬਗੈਰ ਉਹਨਾਂ ਨੂੰ ਪੈਸੇ ਦੇਣੇ ਪੈ ਰਹੇ ਆ ਸਾਰੀਆਂ ਸਰਕਾਰਾਂ ناکਾਮਜਾਬ ਹੋਈਆਂ ਨੇ ਤੋਂ ਉਹਨਾਂ ਨੂੰ ਲੋਕਾਂ ਨੂੰ ਜਵਾਬ ਦੇਣੇ ਪੈਣਗੇ ਨਹੀਂ ਤਾਂ ਭਈ ਅੰਦੋਲਨ ਤੇ ਜਲ ਰਿਹਾ ਮੌਕਾ ਮਿਲਿਆ ਤੇ ਪੰਜਾਬ ਸਰਕਾਰ ਵੱਲ ਵੀ ਅੰਦੋਲਨ ਦਾ